ਪਹਿਲਾ ਵਲੌਗ ਤੇ ਪਹਿਲੀ ਵਾਰ ਅਸੀਂ ਖੜੇ ਆ ਸੈਂਪਲੇ ਦੀ ਧਰਤੀ ਤੇ ਬਹੁਤ ਹੀ ਪਵਿੱਤਰ ਤੇ ਸਭ ਤੋਂ ਕਹਿ ਲੋ ਜੀ ਉਪਜ ਵਾਲੀ ਧਰਤੀ ਹੈ ਮਤਲਬ ਜਿਹੜੀ ਧਰਤੀ ਰਹਿ ਗਏ ਅਸੀਂ ਵਿਗੜੇ ਬਾਈ ਸਭ ਤੋਂ ਪਹਿਲਾਂ ਤਾਂ ਚੈਨਲ ਸਾਰੇ ਜਣੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਕਰ ਲਿਓ ਵੀਰੇ ਵਲੌਗ ਇੱਕ ਨੰਬਰ ਵਲੌਗ ਪਹਿਲਾ ਵਲੌਗ ਆਊਗਾ ਇਹ ਬਾਈ ਐਂਡ ਮੈਂ ਫੁੱਲ ਅੱਜ ਤੋਂ ਵਲੌਗ ਸ਼ੁਰੂ ਕਰਨੇ ਆਂਗੇ ਤੁਹਾਨੂੰ ਅੱਜ ਅਸੀਂ ਗੱਡੀ ਲੈਣ ਚੱਲੇ ਆ ਜੀ ਠੀਕ ਆ ਗੱਡੀ ਹੈਗੀ ਆ ਬਹੁਤ ਬੰਪ ਮਤਲਬ ਕਿ ਸਿਰਾ 1 ਸਾਲ ਦੀ ਬੁਕਿੰਗ ਹੈ ਗੱਡੀ ਦੀ ਤੁਹਾਨੂੰ ਦਿਖਾਈ ਦੇਣੀ ਹੁਣ ਆਪਾਂ ਜਾ ਕੇ ਬੁਕਿੰਗ ਕਰਾਈ ਹੋਈ ਗੱਡੀ ਲੈ ਕੇ ਚ ਲੈ ਰਹੇ ਆ 20 ਲੱਖ ਦੇ ਰਾਉਂਡ ਗੱਡੀ ਆ ਤੇ 10 ਲੱਖ ਰੁਪਏ ਅਸੀਂ ਉੱਪਰ ਲਾ ਦੇਣਾ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਬਾਕੀ ਗੱਡੀਆਂ ਤੇ ਲਾਉਂਦੇ ਹੀ ਰਹੇ ਨੇ ਜਿਵੇਂ ਅਸੀਂ ਇੱਧਰ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ 28 ਇੰਚ ਉਹਦੇ ਚ ਅਸੀਂ 30 ਪਾਉਣੇ ਉਹਦੇ ਚ ਅਸੀਂ ਵਧਾ ਦੇਣੀ ਹੈ ਗੱਡੀ ਦੀ ਵਧਾ ਦੇਣੀ ਠੀਕ ਹੈ ਜੀ ਵੱਡ ਵਧਾਈ ਆ ਉਹ ਸਾਨੂੰ ਚਾਹੇ ਅਸੀਂ ਨੇ 30 ਇੰਚ ਪਾਉਣੇ ਆ ਸਾਨੂੰ ਚਾਹੇ ਬਾਅਦ ਚ ਉਹ ਡੰਡਿਆਂ ਨਾਲ ਰੋੜਨੇ ਪੈਣ ਲਾਈ ਵੀ जुत्ती फिरने हो सकता है कट दी चलो बाकी हुण तुहानू मिलदे आं अगे रास्ते विच लो बई असी पिंड ते किथे आ गए हवेली ते आ गए असी जलंधर सोलखी वाली हवेली ते ਸੋਲਖੀ ਵਾਲੀ ਹਵੇਲੀ ਤੇ ਮਤਲਬ ਕਿ ਨੀਅਰ ਰੋਪੜ ਆ ਗਏ ਸੀ ਕਹਿ ਲੋ ਜੀ ਰੋਪੜ ਮੰਨ ਲਓ ਜੀ ਤੁਸੀਂ 20 ਕਿਲੋਮੀਟਰ ਅਸੀਂ ਆਪਣੇ ਪਿੰਡ ਤੋਂ ਆ ਗਏ ਜਿਹੜੇ ਬੰਦੇ ਨੂੰ ਅਸੀਂ ਪਹਿਲਾਂ ਹੁਣੇ ਦੁਰਦਰਸ਼ਨਾ ਦੇ ਕੇ ਹਟੇ ਆ ਹਲੇ ਬੰਦੇ ਹੁਣ ਤੱਕ ਜਿਹੜੀ ਅਸੀਂ ਵੀਡੀਓ ਵਿੱਚ ਨਹੀਂ ਪਾਈ हवेली दे बाहर जिथे साडियां जीभां ललचा रहियां ने चलो ठीक है फिर ओके बाय व्लॉग खत्म चल कोई नी पहुंचना घंटा लगना अपन हो गिण घंटा लगना इतना घंटा बाहू हौली तोर जे गड्डी बैटरी बूटरी चेंज कर दी गड्डी धोंदा वीर जी आ मुंडा ਤੁਸੀਂ ਗੱਡੀ ਕਾਲੀ ਲੈ ਕੇ ਆਓ ਧੋ ਕੇ ਚਿੱਟੀ ਕਰ ਦੇਣਗੇ ਇੰਨੀ ਹੱਥ 'ਚ ਸਫਾਈ ਹੈ ਇੰਨੀ ਸਫਾਈ ਹੈ ਮੁੰਡਿਆ ਹੱਥ ਦਿਖਾ ਬਈ ਆਪਾਂ ਵੀ ਲਿਖਾਂ ਵੀ ਮਟਾਈਆਂ ਪੀਏ ਗੰਬੜਾ ਮਾਰ ਮਾਰ ਗੱਡੀ ਕਹਿੰਦੇ ਇਹਨਾਂ ਦੇ ਕੋਲ ਇਹੋ ਜਿਹਾ ਪਾਣੀ ਹੈ ਵੀ ਗੱਡੀ ਕਹਿੰਦੇ ਪੀਲੀ ਨਹੀਂ ਹੁੰਦੀ ਹੈ ਨਾ ਉੱਤੋਂ ਕਵਰ ਅਪ ਬਹੁਤ ਸੋਹਣਾ ਕਰਦਾ ਇੱਕ ਬੰਦਾ ਪਤਾ ਕਿਹਦਾ ਕਹਿੰਦਾ ਵੀਰ ਯਾਰ ਪਾਣੀ ਵਧੀਆ ਤਰੀਕੇ ਨਾਲ ਬੱਜਿਆ ਪਿਆ ਹੌਲੀ ਜੇ ਦੇ ਕੇ ਉਹਨਾਂ ਨੂੰ ਕਹਿੰਦਾ ਵੀਰ ਗੱਲ ਤਾਂ ਕੱਪੜੇ ਨੇ ਬਣਾਉਣੀ ਪਾਣੀ ਨੇ ਕਿਤੇਗਾ ਪਾਣੀ ਤਾਂ ਉਹ ਮਿੱਟੀ ਦਾਦਾ ਕੈਮੀਕਲ ਪਾਉਣੇ ਪਾਣੀ ਵੀ ਜਿਹੜੇ ਸਰਪ੍ਰਾਈਜ਼ ਦੀ ਆਪਾਂ ਗੱਲ ਕਰ ਰਹੇ ਤੇ ਸੋ
ਤੁਹਾਡੇ ਲਈ ਰੈਡੀ ਹੈ ਠੀਕ ਹੈ ਜੀ ਤੇ ਬਾਕੀ ਜਿਣਸਾਂ ਇੱਧਰ ਨੇ ਇਹ ਚਾਰ ਪੰਜ ਹਜ਼ਾਰ ਸਾਲੇ ਤੇ ਸ਼ੇਕ ਖੋਲੂਗਾ ਡਰਾਈਵਰ ਬੈਠੋ ਓ ਸਾਈਡ ਹੋ ਜਾ ਇੱਕ ਤੇ ਥਾਰ ਚਾੜ ਦੇ ਇੰਜਣ ਥੋੜੀ ਦਿਖਾਉਣਾ ਗੱਡੀ ਦਿਖਾਉਣੀ ਹੈ ਆਪਣੇ ਕੰਮ ਕਰ ਰਹੇ ਹੋ ਡਿਊਟੀ ਨਿਭਾ ਰਿਹਾ ਮੁੰਡਾ ਆਪਣੀ ਹੁਣੇ ਦੱਸ ਦੇਣਾ ਗੱਡੀ ਦੀ ਕਾਹਦਾ ਐਵਰੇਜ ਹੋਈ ਸੀ ਕਿੰਨਾ ਬ੍ਰੇਕ ਆਇਲ ਵੀ ਹੁਣੇ ਨਵੀਂ ਨਵੀਂ ਬਣੀ ਹੈ ਕਦ ਬਣੀ ਹੈ ਇੰਜਣ ਹੋਇਆ ਵਾ ਕਹਿ ਗਲਤ ਬਾਈ ਇੱਥੇ ਤੇ ਆਉਣਾ ਹੋਈ ਵੀ ਯਾਰ ਕੰਪਨੀ ਕਹਿੰਦੀ ਤੇ ਪਰ ਨਹੀਂ ਬਾਈ ਇੱਕ ਚੀਜ਼ ਹੈ ਚਲਾਉਣ ਦਾ ਸਵਾਲ ਆ ਮਨਿੰਦਰ ਪੂਰਾ ਆਪਾਂ ਨੇ ਉਸਤਾਦ ਜੀ ਨੂੰ ਮਾੜਾ ਨੀ ਕਹਿਣਾ ਹੈਗਾ ਗੱਡੀ ਲਿਬੜੀ ਹੋਈ ਹੈ ਪਰ ਲਈ ਆਪਣੀ ਠੀਕ ਹੈ ਜੀ ਲੈਫਟ ਬਾਉਂਟ ਲਾ ਦੇ ਗੱਡੀ ਦੂਰ ਤੇ ਦਿਖਾ ਦਵਾ ਇੱਕ ਵਾਰੀ ਸਾਰਿਆਂ ਨੂੰ ਸੋ ਘੁੰਮ ਫਿਰ ਕੇ ਤੁਹਾਨੂੰ ਦਿਖਾ ਦਿੰਦੇ ਆ ਜੀ ਨਵੀਂ ਗੱਡੀ ਕਿੰਚਣ ਹੋਇਆ ਵਾ ਉਹ ਵੀ ਲਿਖਦੀ ਹੁਣ ਮੈਂ ਹਾਂ ਲਿਖ ਦੂੰਗਾ ਜੀ ਲਿਖ ਦੂੰਗਾ ਸੋ ਆਪਾਂ ਨੇ ਇਹ ਕਹਿ ਲਓ ਵੀ ਥਾਰ ਮਿਲਦੀ ਸੀਗੀ ਆਪਾਂ ਨੂੰ ਇੱਕ ਸਾਲ ਦੀ ਬੁਕਿੰਗ ਤੇ ਆਪਾਂ ਨੇ ਇਹ ਕਹਿ ਲਓ ਬਲੈਕ ਚ ਲਈ ਆ ਠੀਕ ਆ ਜਿੰਨੇ ਪੈਸੇ ਇਹਦੀ ਨਵੀਂ ਆਉਂਦੀ ਆ ਉਹਦੇ ਨਾਲੋਂ 1.5 ਲੱਖ ਉੱਪਰ ਹੀ ਦਿੱਤਾ ਠੀਕ ਹੈ ਬਾਈ ਜੀ ਬਿਲਕੁਲ ਦਿੱਤਾ ਜੀ ਕਿ ਝੂਠ ਬੋਲ ਰਿਹਾ ਹੈ ਬਾਈ ਮੈਨੂੰ ਐਂ ਦੱਸ ਆਪਾਂ ਨੇ ਕਿੰਨੇ ਪੈਸੇ ਉੱਪਰ ਦਿੱਤੇ ਸੱਚੋ ਸੱਚ ਦੱਸ ਦੇ ਸਾਰਿਆਂ ਨੂੰ ਮਤਲਬ ਕਿ ਏਜੰਸੀ ਨਾਲ 2 ਲੱਖ ਬਸ ਠੀਕ ਹੈ 2 ਲੱਖ ਦੇ ਕੇ ਆਪਾਂ ਗੱਡੀ ਲੈ ਆਏ ਹਾਂ ਨੰਬਰ ਵੀ 0076 ਲਿਆ ਠੀਕ ਹੈ ਜੀ ਨਵੀਂ ਆ ਗਈ ਹੈ ਜੀ ਫਿਰ ਇੱਕ ਗੱਡੀ ਹੋਰ ਮੈਂ ਨਵੀਂ ਆ ਗਈ ਇੱਕ ਗੱਡੀ ਹੋਰ ਮੁਬਾਰਕਾਂ ਬੀਬੀ ਨੂੰ ਬਹੁਤ ਬਹੁਤ ਬਾਈ ਪੂਰੀ ਫੁੱਲ ਬੀਬੀ ਐਨ ਜਮਾਂ ਉੱਪਰ ਤੱਕ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਬਰਫੀ ਤਾਂ ਫਿਰ ਆਊਗੀ ਬਹਿ ਕੇ ਵਿੱਚ ਵਧਾਈਆਂ ਬਾਪੂ ਹੋਰ ਹੈ ਬਾਪੂ ਦੇਖ ਮਾੜਾ ਜਾ ਬੈਠ ਵਿੱਚ ਉੱਧਰ ਦੇਖ ਬਾਈ ਬਹਿ ਕੇ ਵਿੱਚ ਵਧਾਈਆਂ ਬੀਬੀ ਬਹੁਤੇ ਬਹੁਤੇ ਸਟੇਰਿੰਗ ਨੂੰ ਮੰਨਣਾ ਮੈਂ ਕਿਤੇ ਮੇਰੇ ਗੁੱਟ ਨੂੰ ਮੰਨਣਾ ਦੇਖ ਲਿਆ ਪੰਮੇ ਆਈ ਵੀ ਹੁੰਦਾ ਹੁਣ ਪੰਮੇ ਨੂੰ ਕੀ ਪਤਾ ਇਹ ਸਾਰੇ ਪੰਜਾਬ ਚ ਹੁੰਦਾ ਬਈ ਕਿਹਾ ਜਿਹਾ ਲੱਗਿਆ ਬੀਬੀ ਆਹ ਸਰਪ੍ਰਾਈਜ਼
बस बीबी खाली बर्थी।